ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਫਲਾਈ ਅਬਰੋਡ ਤੋਂ ਮਹਿੰਦਰ ਕੌਰ। ਅੱਜ ਮੈਂ ਆਸਟ੍ਰੇਲੀਆ ਦੀ ਨੂੰ ਲੈ ਕੇ ਕੁਝ ਇਨਫੋਰਮੇਸ਼ਨ ਤੁਹਾਨੂੰ ਦੱਸਣੀ ਚਾਹੂੰਗੀ। ਆਸਟ੍ਰੇਲੀਆ ਦੇ ਵਿੱਚ ਜਿਵੇਂ ਕਿ ਸਾਰਿਆਂ ਨੂੰ ਪਤਾ ਹੈਗਾ ਕਿ 5.5 ਬੈਂਡ ਦੇ ਉੱਤੇ ਆਸਟ੍ਰੇਲੀਆ ਦੀ ਫਾਈਲਸ ਲੱਗ ਰਹੀਆਂ ਨੇ ਐਂਡ ਵੀਜ਼ਾ ਦੀ ਵੀ ਕਾਫੀ ਅੱਛੇ ਚਾਂਸਿਸ ਨੇ। ਸਟੂਡੈਂਟਸ ਜਿਨ੍ਹਾਂ ਬੱਚਿਆਂ ਨੇ 2017 ਵਿੱਚ ਪਾਸ ਆਊਟ ਨੇ, ਰੀਸੈਂਟਲੀ ਪਾਸ ਆਊਟ ਨੇ, ਐਂਡ ਉਹਨਾਂ ਦੇ ਪੰਜਾਬ ਬੋਰਡ ਦੇ ਵਿੱਚ ਅਗਰ 65% ਨੇ ਔਰ ਬੈਂਡ ਸਿਰਫ 5.5 ਨੇ, ਦੈਨ ਆਲਸੋ ਉਹ ਸਟੂਡੈਂਟਸ ਜਿਹੜੇ ਨੇ ਉਹ ਐਲੀਜੀਬਲ ਨੇ। ਐਡਵਾਂਸ ਡਿਪਲੋਮੇ ਦੇ ਵਿੱਚ ਉਹਨਾਂ ਦੀ ਫਾਈਲਸ ਲੱਗੇਗੀ, ਕਿਉਂਕਿ ਐਮਬੈਸੀ ਦੀ ਜਿਹੜੀ ਰਿਕੁਆਇਰਮੈਂਟ ਹੈਗੀ ਆ ਉਹ ਸਿਰਫ 5.5 ਬੈਂਡ ਦੀ ਹੈਗੀ ਐਡਵਾਂਸ ਡਿਪਲੋਮੇ ਦੇ ਵਿੱਚ, ਅਤੇ ਵੀਜ਼ਾ ਚਾਂਸਿਸ ਵੀ ਬਹੁਤ ਜ਼ਿਆਦਾ ਹਾਈ ਨੇ। ਇਸ ਕਰਕੇ ਆਪਣੇ ਟਾਈਮ ਨੂੰ ਨਾ ਵੇਸਟ ਕਰਦੇ ਹੋਇਆਂ, ਜਿਹੜੇ ਸਟੂਡੈਂਟ 5.5 ਬੈਂਡ ਦੇ ਉੱਤੇ ਫਸੇ ਹੋਏ ਨੇ, ਜਿਨ੍ਹਾਂ ਦੇ ਬੈਂਡਸ ਅੱਛੇ ਨਹੀਂ ਆ ਰਹੇ ਨੇ, ਉਹ ਬੱਚੇ ਹੁਣੀ ਅਪਲਾਈ ਕਰ ਲੈਣ, ਉਹ ਆਪਣਾ ਸਾਲ ਵੇਸਟ ਨਾ ਕਰਨ, ਨੈਕਸਟ ਈਅਰ ਤੱਕ ਉਹ ਨਾ ਵੇਟ ਕਰਨ, ਕਿਉਂਕਿ ਆਸਟ੍ਰੇਲੀਆ ਵਿੱਚ ਬੜੀ ਅੱਛੀ ਬੈਟਰ ਓਪਰਚੁਨਿਟੀ ਆਈ ਆ ਕਿ ਸਟੂਡੈਂਟ ਜਿਹੜੇ ਨੇ 5.5 ਬੈਂਡ ਦੇ ਉੱਤੇ ਐਡਵਾਂਸ ਡਿਪਲੋਮੇ ਦੇ ਉੱਤੇ ਜਿਹੜਾ ਵਾ ਆਪਣਾ ਵੀਜ਼ਾ ਲੈ ਸਕਦੇ ਨੇ। ਔਰ ਇਸ ਦੇ ਵਿੱਚ ਫੰਡਸ ਦੀ ਰਿਕੁਆਇਰਮੈਂਟ ਜਿਹੜੀ ਵੀ ਬੜੀ ਅੱਛੀ ਆਈ ਹੈ, ਮੇਰੇ ਕੋਲ ਬਹੁਤ ਸਾਰੇ ਕਾਲਜਿਸ ਨੇ ਜਿਸ ਦੇ ਵਿੱਚ ਸਟੂਡੈਂਟਸ ਨੂੰ ਸਿਰਫ 1 ਈਅਰ ਦੀ ਫੀਸ ਜਾਣੀ ਹੈ ਬੱਚੇ ਦੀ, ਔਰ ਸਿਰਫ 12 ਲੱਖ ਰੁਪਏ ਸ਼ੋਅ ਕਰਨਾ ਹੈ। 12 ਲੱਖ ਰੁਪਇਆ ਵੀ ਜਿਹੜਾ ਵਾ ਸਾਨੂੰ ਜ਼ਿਆਦਾ ਪੁਰਾਣਾ ਨਹੀਂ ਚਾਹੀਦਾ, 1 ਡੇ ਓਲਡ ਹੀ ਚਾਹੀਦਾ। ਮੇਰੇ ਕੋਲ ਇਸ ਤਰ੍ਹਾਂ ਦੇ ਬਹੁਤ ਸਾਰੇ ਕਾਲਜਿਸ ਹੈ ਜਿਸ ਦੇ ਵਿੱਚ 12 ਲੈਕਸ ਤੁਸੀਂ ਸ਼ੋਅ ਕਰਨੇ ਆ, ਦੈਟ ਆਲਸੋ 1 ਡੇ ਓਲਡ। 1 ਡੇ ਓਲਡ ਦੇ ਵਿੱਚ ਤੁਸੀਂ ਆਪਣੀ FD ਕਰਵਾ ਲੈਣੀ ਆ, FD ਦਿਖਾ ਕੇ ਆਪਾਂ ਜਿਹੜਾ ਹੈਗਾ ਵਾ ਆਪਣੀ GTE ਕਲੀਅਰ ਕਰਵਾ ਲੈਣੀ ਆ। ਅਤੇ ਤੁਸੀਂ ਇਸ ਮੌਕੇ ਨੂੰ ਨਾ ਗੁਆਉਂਦਿਆਂ ਹੋਇਆ, ਜਿਹੜਾ ਸਟੂਡੈਂਟਸ ਨੇ 5.5 ਬੈਂਡ ਦੇ ਉੱਤੇ 65% ਅਗਰ ਪੰਜਾਬ ਬੋਰਡ ਵਿੱਚ ਹੈਗੇ ਨੇ, 2017 ਪਾਸ ਆਊਟ ਨੇ, ਕਿਸੇ ਵੀ ਸਟਰੀਮ ਵਿੱਚ ਪਾਸ ਆਊਟ ਨੇ, ਉਹ ਸਟੂਡੈਂਟ ਜਿਹੜੇ ਨੇ ਐਲੀਜੀਬਲ ਨੇ ਆਸਟ੍ਰੇਲੀਆ ਵਿੱਚ ਅਪਲਾਈ ਕਰਨ ਵਾਸਤੇ। ਇਸ ਕਰਕੇ ਤੁਸੀਂ ਰਿਸਕ ਨਾ ਲੈਂਦਿਆਂ ਹੋਇਆ ਕਿ ਤੁਹਾਡੇ 6 ਬੈਂਡ ਆਉਣਗੇ ਫਿਰ ਹੀ ਤੁਸੀਂ ਅਪਲਾਈ ਕਰੋਗੇ, ਇਸ ਓਪਰਚੁਨਿਟੀ ਨੂੰ ਨਾ ਗੁਆਉਂਦਿਆਂ ਹੋਇਆ, ਤੁਸੀਂ ਟਾਈਮ ਵੇਸਟ ਨਾ ਕਰਦਿਆਂ ਹੋਇਆ ਫੈਬ ਇਨਟੇਕ ਵਾਸਤੇ, ਮਾਰਚ ਇਨਟੇਕ ਵਾਸਤੇ ਜਿਹੜਾ ਵਾ ਤੁਸੀਂ ਆਪਣੀ ਫਾਈਲ ਲਗਾ ਸਕਦੇ ਹੋ। ਇਸ ਦੇ ਲਈ ਤੁਹਾਨੂੰ ਫਲਾਈ ਅਬਰੋਡ ਦੇ ਆਫਿਸ ਇੱਕ ਵਾਰੀ ਵਿਜ਼ਿਟ ਕਰਨਾ ਪਏਗਾ, ਆਪਣੇ ਡਾਕੂਮੈਂਟਸ ਲੈ ਕੇ। ਇਸਦਾ ਫਲਾਈ ਅਬਰੋਡ ਦਾ ਜਿਹੜਾ ਐਡਰੈਸ ਹੈਗਾ ਵਾ ਨੀਚੇ ਡਿਸਪਲੇ ਹੋਏਗਾ, ਤੁਹਾਨੂੰ ਉਸ ਐਡਰੈਸ ਦੇ ਉੱਤੇ ਤੁਸੀਂ ਜਿਹੜਾ ਵਿਜ਼ਿਟ ਕਰ ਸਕਦੇ ਹੋ। ਜੇ ਕਿਸੇ ਨੇ ਅਪੁਆਇੰਟਮੈਂਟ ਲੈਣੀ ਹੋਵੇ ਮੇਰੇ ਕੋਲੋਂ ਤਾਂ ਅਪੁਆਇੰਟਮੈਂਟ ਲੈ ਸਕਦੇ ਨੇ, ਅਦਰਵਾਈਜ਼ ਮੇਰਾ ਵੈਲ ਟ੍ਰੇਨ ਸਟਾਫ ਹੈ ਜਿਹੜਾ ਇੱਥੇ ਅਵੇਲੇਬਲ ਹੈਗਾ ਵਾ ਮੋਰਨਿੰਗ 10 to 6 ਇਨ ਦਾ ਈਵਨਿੰਗ। ਅਗਰ ਕਿਸੇ ਨੇ ਮੈਨੂੰ ਹੀ ਮਿਲਣਾ ਹੈਗਾ ਦੈਨ ਅਪੁਆਇੰਟਮੈਂਟ ਲੈ ਲੈਣਾ, ਬਿਕੋਜ਼ ਮੇਰੀ ਹੋਰ ਵੀ ਬ੍ਰਾਂਚਿਸ ਨੇ, ਜਿਸ ਤਰ੍ਹਾਂ ਕਿ ਹੁਣ ਭਿੱਖੀ ਪਿੰਡ ਵਿੱਚ ਵੀ ਮੇਰੀ ਨਿਊ ਬ੍ਰਾਂਚ ਆਫਿਸ ਜਿਹੜਾ ਓਪਨ ਹੋਣ ਜਾ ਰਿਹਾ ਵਾ 10 November 2017 ਨੂੰ, ਉੱਥੇ ਥੋੜ੍ਹਾ ਜਿਹਾ ਮੈਂ ਬਿਜ਼ੀ ਹਾਂ, ਤੁਸੀਂ ਨਹੀਂ ਤਾਂ ਇੱਥੇ ਇਹਨਾਂ ਨੂੰ ਵੀ ਆ ਕੇ ਮਿਲ ਸਕਦੇ ਹੋ। ਬਟ ਮੈਂ ਇੱਕ ਚੀਜ਼ ਕਹਿਣੀ ਚਾਹੂੰਗੀ, ਬਹੁਤ ਸਾਰੇ ਕੰਸਲਟੈਂਟਸ ਨੇ ਜਿਹੜੇ ਉਹ ਡਿਮਾਂਡ ਡਰਾਫਟ ਹੋਲਡ ਕਰਕੇ ਜਿਹੜਾ ਵਾ ਬੱਚਿਆਂ ਨਾਲ ਪੈਕੇਜ ਕਰ ਰਹੇ ਨੇ, ਉਹਨਾਂ ਦੇ ਪੈਕੇਜ ਦੇ ਉੱਪਰ ਅੱਛੀ ਮੋਟੀ ਸਾਰੀ ਅਮਾਊਂਟ ਹੈ ਜਿਹੜੇ ਉਹ ਚਾਰਜ ਕਰ ਰਹੇ ਨੇ, ਬਟ ਇਸ ਤਰ੍ਹਾਂ ਸਾਡੇ ਕੋਲ ਕੁਛ ਨਹੀਂ ਹੋਏਗਾ, ਤੁਹਾਡੀ ਪੂਰੀ 1 ਈਅਰ ਦੀ ਫੀਸ ਹੈ ਜਿਹੜੀ ਆਪਾਂ ਤੁਹਾਡੀ ਪੇ ਕਰਾਂਗੇ। ਤੁਸੀਂ ਪੇ ਕਰਨੀ ਹੋਏਗੀ ਤਾਂ ਤੁਸੀਂ ਕਰ ਲੈਣਾ, ਜੇ ਅਸੀਂ ਪੇ ਕਰਨੀ ਹੋਏਗੀ ਤਾਂ ਸਾਨੂੰ ਦੱਸ ਦੇਣਾ, ਅਸੀਂ ਪੇ ਕਰ ਦਾਂਗੇ। ਬਟ ਜਿਹੜਾ ਹੈਗਾ ਡਿਮਾਂਡ ਡਰਾਫਟ ਵਾਲਾ ਕੋਈ ਸਿਸਟਮ ਨਹੀਂ ਹੋਏਗਾ, ਬਿਲਕੁਲ ਤੁਹਾਡੇ ਜੈਨੂਇਨ ਫੀਸ ਜਾਏਗੀ ਔਰ ਉਹ ਵੀ 1 ਈਅਰ ਦੀ ਜਾਏਗੀ। ਹੁਣ 12 ਲੈਕਸ ਫੰਡ ਅਸੀਂ ਕਿਉਂ ਸ਼ੋਅ ਕਰਨੇ, ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ, ਜਦੋਂ ਅਸੀਂ 1 ਈਅਰ ਦੀ ਫੀਸ ਪੇ ਕਰਾਂਗੇ ਦੈਨ ਤੁਹਾਡੇ ਜਿਹੜੇ ਫੰਡਸ ਨੇ ਉਹ ਥੋੜ੍ਹੇ ਜਿਹੇ ਹੀ ਤੁਹਾਨੂੰ ਸ਼ੋਅ ਕਰਨੇ ਪੈਣੇ, ਸਿਰਫ 12 ਲੱਖ ਫੰਡ ਤੁਸੀਂ ਸ਼ੋਅ ਕਰਨੇ ਆ, ਕੋਈ 20 ਲੱਖ 25 ਲੱਖ ਸ਼ੋਅ ਕਰਨ ਦੀ ਜ਼ਰੂਰਤ ਨਹੀਂ ਹੈ। ਬਹੁਤ ਸਾਰੇ ਕੰਸਲਟੈਂਟਸ ਨੇ ਜਿਹੜੇ ਉਹ 25 ਲੱਖ ਫੰਡਸ ਸ਼ੋਅ ਕਰਨ ਦੇ ਵਿੱਚ ਜਿਹੜਾ ਵਾ ਜ਼ਿਆਦਾ ਚਾਰਜਿਸ ਜਿਹੜੇ ਨੇ ਚਾਰਜ ਕਰ ਰਹੇ ਨੇ ਲੋਕਾਂ ਕੋਲੋਂ ਫੰਡਸ ਨੂੰ ਲੈ ਕੇ, ਜਾਂ ਤਾਂ ਫਿਰ ਫੀਸ ਨੂੰ ਲੈ ਕੇ ਉਹ ਕਹਿ ਰਹੇ ਨੇ ਕਿ ਤੁਸੀਂ ਜਿਹੜਾ ਸਾਰੀ ਫੀਸ ਹੈ ਜਿਹੜੀ ਆਫਟਰ ਵੀਜ਼ਾ ਦੇਣੀ ਆ, ਬਟ ਉਸਦੇ ਵਿੱਚ ਉਹ ਪੈਕੇਜ ਕਰ ਰਹੇ ਨੇ ਜਿਵੇਂ ਕਿ ਸਿਰਫ ਡਿਮਾਂਡ ਡਰਾਫਟ ਜਾਂਦਾ ਹੈਗਾ। ਕਈ ਕਾਲਜਿਸ ਦੇ ਵਿੱਚ ਤੁਸੀਂ ਡਿਮਾਂਡ ਡਰਾਫਟ ਹੋਲਡ ਕਰਨਾ ਹੁੰਦਾ ਕੰਸਲਟੈਂਟ ਨੇ, ਬਟ ਸਾਡੇ ਕੋਲ ਇਸ ਤਰ੍ਹਾਂ ਕੁਛ ਨਹੀਂ ਹੈਗਾ, ਪ੍ਰੋਪਰ ਤੁਹਾਨੂੰ ਰਿਸੀਪਟ ਮਿਲੇਗੀ ਕਾਲਜ ਦੀ ਫੀਸ ਦੀ, 1 ਈਅਰ ਦੀ ਫੀਸ ਆਪਾਂ ਤੁਹਾਡੀ ਪੇ ਕਰਾਂਗੇ ਔਰ ਬਿਲਕੁਲ ਜੈਨੂਇਨ ਕੰਮ ਹੋਏਗਾ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਅਸੀਂ ਬਿਲਕੁਲ ਜੈਨੂਇਨਟੀ ਨਾਲ ਹੀ ਕੰਮ ਕਰਦੇ ਹਾਂ, ਬਿਲਕੁਲ ਟ੍ਰਾਂਸਪੇਰੈਂਟਲੀ ਕੰਮ ਕਰਦੇ ਹਾਂ। 1 ਈਅਰ ਦੀ ਆਪਾਂ ਫੀਸ ਪੇ ਕਰਾਂਗੇ ਦੈਨ ਸਿਰਫ 12 ਲੈਕਸ ਦੇ ਫੰਡਸ ਹੈ ਜਿਹੜੇ ਤੁਹਾਨੂੰ ਸ਼ੋਅ ਕਰਨੇ ਪੈਣੇ। ਮੇਰੇ ਕੋਲ ਬਹੁਤ ਸਾਰੇ ਇਸ ਤਰ੍ਹਾਂ ਦੇ ਕਾਲਜਿਸ ਨੇ, ਸਿਡਨੀ ਦੇ ਵਿੱਚ ਵੀ ਹੈਗੇ ਨੇ, ਮੈਲਬਰਨ 'ਚ ਵੀ ਹੈਗੇ ਨੇ, ਜਿਸ ਦੇ ਵਿੱਚ ਜਿਹੜਾ ਸਾਨੂੰ ਕਿ 1 ਈਅਰ ਦੀ ਫੀਸ ਪੇ ਕਰਕੇ 12 ਲੱਖ ਫੰਡ ਸ਼ੋਅ ਕਰਕੇ 5.5 ਬੈਂਡ ਸਿਰਫ ਤੁਹਾਡੇ ਦਿਖਾਉਣੇ ਆ, ਐਂਡ ਜਿਹੜਾ ਵਾ ਪਰਸੈਂਟੇਜ ਹੈ ਤੁਹਾਡੇ, ਜੇ ਤੁਸੀਂ ਪੰਜਾਬ ਬੋਰਡ ਤੋਂ ਹੋ ਤਾਂ ਤੁਹਾਨੂੰ 65% ਚਾਹੀਦੇ ਨੇ ਜਾਂ ਉਸ ਤੋਂ ਜ਼ਿਆਦਾ ਚਾਹੀਦੇ ਨੇ। ਅਗਰ CBSE ਅਤੇ ICSE ਪਾਸ ਆਊਟ ਹੈਗੇ ਹੋ ਤੁਸੀਂ, ਦੈਨ ਜਿਹੜੇ ਫੰਡਸ ਨੇ ਦੈਨ ਜਿਹੜੀ ਤੁਹਾਡੀ ਪਰਸੈਂਟੇਜ ਹੈਗੀ ਆ ਉਹ 60 ਆ। ਇੱਕ ਚੀਜ਼ ਨੂੰ ਹੋਰ ਫਿਰ ਮੈਂ ਦੁਬਾਰਾ ਰਿਪੀਟ ਕਰਾਂਗੀ, ਤੁਹਾਨੂੰ ICSE CBSE ਪਾਸ ਆਊਟ ਸਟੂਡੈਂਟ ਹੋਵੇ ਉਸਨੂੰ 60% ਮਾਰਕਸ ਚਾਹੀਦੇ, ਪੰਜਾਬ ਬੋਰਡ ਵਾਲਾ ਸਟੂਡੈਂਟ ਹੈ ਹੋਵੇ ਤਾਂ ਉਸਨੂੰ 65+ ਜਿਹੜੇ ਨੇ ਉਸਦੇ ਪਰਸੈਂਟੇਜ ਚਾਹੀਦੇ ਨੇ। 5.5 ਬੈਂਡ ਦੀ ਰਿਕੁਆਇਰਮੈਂਟ ਹੈ ਐਡਵਾਂਸ ਡਿਪਲੋਮੇ ਵਿੱਚ ਜਿਹੜਾ ਵਾ ਬੱਚਾ ਜਾਏਗਾ, D2D ਵਿੱਚ ਨਹੀਂ ਜਾਏਗਾ, ਕੋਈ ਡਿਪਲੋਮਾ ਟੂ ਡਿਗਰੀ ਨਹੀਂ ਮਿਲੇਗੀ ਬੱਚੇ ਨੂੰ, ਕੋਈ ਡਿਗਰੀ ਪ੍ਰੋਗਰਾਮ ਨਹੀਂ ਹੋਏਗਾ ਬੱਚੇ ਨੂੰ, ਜਿਹੜਾ ਵਾ ਐਡਵਾਂਸ ਡਿਪਲੋਮਾ ਮਿਲੇਗਾ, ਕਿਉਂਕਿ ਰਿਕੁਆਇਰਮੈਂਟ ਹੈ ਜਿਹੜੀ ਆ ਐਮਬੈਸੀ ਦੀ ਉਹ 5.5 ਬੈਂਡ ਅਤੇ ਐਡਵਾਂਸ ਡਿਪਲੋਮੇ ਨੂੰ ਵੀਜ਼ਾ ਜਿਹੜੇ ਨੇ ਉਹਨਾਂ ਨੇ ਦੇਣੇ ਆ।
ਤੇ ਹੋਪ ਸੋ ਅੱਛੇ ਰਿਜ਼ਲਟਸ ਆਣ। ਜੈਨ ਫੈਬ ਇਨਟੇਕ ਦੀ ਫਾਈਲਸ ਲੱਗ ਰਹੀਆਂ ਨੇ ਸਾਡੇ ਕੋਲ ਐਂਡ ਅਸੀਂ ਵੇਟ ਕਰ ਰਹੇ ਹਾਂ, ਇੱਕ ਬਹੁਤ ਜਲਦੀ ਜਿਹੜਾ ਵਾ ਸਾਡੇ ਵੀਜ਼ਾ ਆਉਣ ਹੀ ਵਾਲੇ ਨੇ। ਤੇ ਤੁਸੀਂ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਇਆ, ਵੱਡੇ ਵੱਡੇ ਪੈਕੇਜਿਸ ਨਾ ਕਰਦਿਆਂ ਹੋਇਆ ਜਿਹੜਾ ਵਾ ਇਹਨਾਂ ਚੀਜ਼ਾਂ ਨੂੰ ਅੱਜ ਮੇਰੇ ਕੋਲ ਇੱਥੋਂ ਸਮਝ ਲਓ ਤੁਸੀਂ ਕਿ ਜਿਹੜੇ ਨੇ ਤੁਹਾਡੇ ਡਿਮਾਂਡ ਡਰਾਫਟ ਜਿਹੜੇ ਨੇ ਕੰਸਲਟੈਂਟਸ ਨੇ ਹੋਲਡ ਕਰਨੇ ਨੇ, ਇਸ ਦੇ ਚੱਕਰ ਵਿੱਚ ਨਾ ਜਾਣਾ ਤੁਸੀਂ। ਜੈਨੂਇਨ ਫੀਸ ਆਪਣੀ ਪੇ ਕਰਨਾ, ਕੋਈ ਐਕਸਟਰਾ ਚਾਰਜਿਸ ਪੇ ਕਰਨ ਦੀ ਕੋਈ ਜ਼ਰੂਰਤ ਨਹੀਂ ਆ। ਸਿਰਫ ਤੁਹਾਡੇ ਲਿਮਿਟਿਡ ਫੰਡਸ ਜਿਹੜੇ ਨੇ ਸ਼ੋਅ ਹੋਣੇ ਆ, ਉਹ ਵੀ ਤੁਹਾਡੇ ਵਨ ਡੇ ਓਲਡ ਆ। ਹਰ ਕਾਲਜਿਸ ਦੇ ਵਿੱਚ ਨਹੀਂ ਆ, ਮੈਂ ਕਹਿ ਸਕਦੀ ਕੁਛ ਕੁਛ ਕਾਲਜਿਸ ਦੇ ਵਿੱਚ ਆ ਵਨ ਡੇ ਓਲਡ ਫੰਡਸ ਹੀ ਚੱਲ ਰਹੇ ਨੇ, ਕਈਆਂ ਦੇ ਵਿੱਚ 3 ਮੰਥਸ ਓਲਡ ਫੰਡ ਵੀ ਹੈਗੇ ਨੇ, ਕਈਆਂ ਦੇ ਵਿੱਚ 1 ਮੰਥ ਓਲਡ ਵੀ ਹੈਗੇ। ਬਟ ਮੇਰੇ ਕੋਲ ਜਿਹੜੇ ਕਾਲਜਿਸ ਨੇ ਉਸਦੇ ਵਿੱਚ ਤੁਹਾਨੂੰ ਸਿਰਫ ਵਨ ਡੇ ਓਲਡ ਫੰਡਸ ਦੀ ਹੀ ਰਿਕੁਆਇਰਮੈਂਟ ਹੈ, ਵਿਥ 5.5 ਬੈਂਡਸ ਐਂਡ 65% ਇਨ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਐਂਡ CBSE ਐਂਡ ICSE ਵਿੱਚ ਜਿਹੜੇ ਨੇ 60% ਇਜ਼ ਇਨਾਫ। ਬਟ ਵਨ ਮੋਰ ਥਿੰਗ, 2017 ਪਾਸ ਆਊਟ ਸਟੂਡੈਂਟ ਹੋਵੇ, 2017 ਪਾਸ ਆਊਟ ਸਟੂਡੈਂਟ ਹੋਵੇ, ਪੁਰਾਣਾ ਕੇਸ ਨਾ ਹੋਵੇ, 2016 ਜਾਂ 15 ਦਾ ਨਾ ਹੋਵੇ, ਰੀਸੈਂਟ ਪਾਸ ਆਊਟ ਹੋਵੇ, ਇਸੇ ਸਾਲ ਦਾ ਹੀ ਹੋਵੇ, ਫਿਰ ਤੁਸੀਂ ਐਲੀਜੀਬਲ ਆਪਣਾ ਵੀਜ਼ਾ ਲੈਣ ਲਈ ਐਂਡ ਆਪਣੀ ਫਾਈਲ ਲਗਾਉਣ ਲਈ। ਬਸ ਅੱਜ ਇਹੋ ਹੀ ਇਨਫੋਰਮੇਸ਼ਨ ਤੁਹਾਨੂੰ ਦੇਣੀ ਸੀਗੀ ਆਸਟ੍ਰੇਲੀਆ ਨੂੰ ਲੈ ਕੇ, ਅਤੇ ਇਹਨਾਂ ਚੀਜ਼ਾਂ 'ਤੇ ਗੌਰ ਕਰਨਾ ਔਰ ਇਹਨਾਂ ਚੀਜ਼ਾਂ ਨੂੰ ਸਮਝ ਲੈਣਾ ਅੱਛੇ ਤਰੀਕੇ ਦੇ ਨਾਲ, ਤਾਂ ਕਿ ਤੁਸੀਂ ਮਿਸਗਾਈਡ ਨਾ ਹੋ ਕਿਸੇ ਕੋਲੋਂ ਵੀ। ਰੈਸਟ ਜਿਸ ਤਰ੍ਹਾਂ ਦੀ ਅਪਡੇਸ਼ਨਸ ਆਉਣਗੀਆਂ, ਜਿਸ ਤਰ੍ਹਾਂ ਦੀ ਫਾਈਲਸ ਲੱਗਣਗੀਆਂ, ਤੁਹਾਨੂੰ ਨਾਲ ਮੈਂ ਜਿਹੜਾ ਵਾ ਅਪਡੇਟ ਕਰਦੀ ਰਹਾਂਗੀ। ਬਹੁਤ ਜਲਦੀ 10 ਨਵੰਬਰ ਨੂੰ ਅਸੀਂ ਜਿਹੜਾ ਵਾ ਪਿੱਕੀ ਵਿੰਡ ਵਿੱਚ ਆਪਣਾ ਬ੍ਰਾਂਚ ਆਫਿਸ ਇਨੋਗਰੇਸ਼ਨ ਕਰਨ ਜਾ ਰਹੇ ਹਾਂ। ਉੱਥੇ 400 ਜਿਹੜੇ ਸਟੂਡੈਂਟਸ ਨੇ ਐਟ ਅ ਟਾਈਮ ਜਿਹੜੇ ਨੇ ਪੜ੍ਹ ਸਕਦੇ ਨੇ, ਪੂਰੀ ਬਿਲਡਿੰਗ ਹੈ ਸਾਡੇ ਕੋਲ। ਐਂਡ ਇਹੋ ਚੀਜ਼ ਕਰਕੇ ਸਟੂਡੈਂਟਸ ਦੀ ਰਿਕੁਆਇਰਮੈਂਟ ਦੇਖ ਕੇ ਕਿ ਜਿਹੜੇ ਸਟੂਡੈਂਟਸ ਦੇ ਬੈਂਡਸ ਨਹੀਂ ਸੀ ਆਉਂਦੇ, 5 ਬੈਂਡ 5.5 ਬੈਂਡ ਬੱਚੇ ਲੈਂਦੇ ਸੀਗੇ ਪਿੱਕੀ ਵਿੰਡ ਵਾਲੀ ਸਾਈਡ ਤੋਂ, ਅਮਰਕੋਟ ਤੋਂ, ਖੇਮਕਰਨ ਤੋਂ, ਪੱਟੀ ਤੋਂ, ਅਲਗੋ ਕੋਠੀ ਤੋਂ, ਲਾਗੇ ਪਿੰਡ ਪੈਂਦੇ ਨੇ ਵੱਡੀ ਮੱਖੀ ਕਲਾਂ ਹੋ ਗਈ, ਪੈਣੀ ਗੁਰਮੁਖ ਪਿੰਡ ਹੋ ਗਿਆ, ਚੁੰਗ ਪਿੰਡ ਹੋ ਗਿਆ, ਕਲੇਰ ਪਿੰਡ ਹੋ ਗਿਆ, ਇੱਥੋਂ ਸਾਡੇ ਬਹੁਤ ਸਾਰੇ ਸਟੂਡੈਂਟਸ ਗਏ ਸੀਗੇ। ਹਰ ਪਿੰਡ 'ਚੋਂ 6-7 ਬੱਚੇ ਜਿਹੜੇ ਨੇ ਹਰ ਪਿੰਡ 'ਚੋਂ ਮੈਂ ਭੇਜੇ ਸੀਗੇ। ਅਤੇ ਸਟੂਡੈਂਟਸ ਨੇ ਜਦ ਮੈਨੂੰ ਕਿਹਾ ਕਿ ਮੈਮ ਤੁਸੀਂ ਇੱਥੇ ਆ ਕੇ ਇੱਕ ਆਪਣਾ ਆਫਿਸ ਬ੍ਰਾਂਚ ਆਫਿਸ ਖੋਲ੍ਹੋ, ਅਤੇ ਫਿਰ ਇਹ ਚੀਜ਼ ਨੂੰ ਮੈਂ ਦਿਮਾਗ 'ਚ ਰੱਖਦੇ ਹੋਇਆ ਜਿਹੜਾ ਵਾ ਮੈਂ ਉੱਥੇ ਹੁਣ ਆਫਿਸ ਜਿਹੜਾ ਵਾ ਆਪਣਾ ਬ੍ਰਾਂਚ ਆਫਿਸ ਹੈ ਜਿਹੜਾ ਉੱਥੇ ਖੋਲ੍ਹਣ ਜਾ ਰਹੀ ਹਾਂ 10 ਤਰੀਕ ਨੂੰ, ਤਾਂ ਕਿ ਸਟੂਡੈਂਟਸ ਨੂੰ ਡੇਲੀ ਅਪ ਡਾਊਨ ਕਰਨ ਵਿੱਚ ਬਹੁਤ ਜ਼ਿਆਦਾ ਪ੍ਰੋਬਲਮਸ ਆਉਂਦੀ ਸੀਗੀ। ਹੁਣ ਸਰਦੀਆਂ ਦੇ ਦਿਨ ਸੀਗੇ, ਈਵਨਿੰਗ ਦੇ ਵਿੱਚ ਬੱਚਿਆਂ ਨੂੰ ਜਾਣ ਦੀ ਬਹੁਤ ਦਿੱਕਤ ਆਉਂਦੀ ਆ, ਜਾਂ ਬੱਚੇ ਜਿਹੜੇ ਨੇ PG ਲੈਂਦੇ ਨੇ, ਖਾਸ ਕਰਕੇ ਲੜਕੀਆਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਰਹੀ ਉੱਥੋਂ ਆਉਣ ਵਾਸਤੇ, ਉਹਨਾਂ ਨੇ PG's ਲਏ ਹੁੰਦੇ ਸੀ ਲੜਕੀਆਂ ਨੇ, ਇਸ ਕਰਕੇ ਉਹਨਾਂ ਨੂੰ ਸਰਵਿਸ ਦੇਣ ਲਈ ਮੈਂ ਉਹਨਾਂ ਦੇ ਹੀ ਸ਼ਹਿਰ ਨਹੀਂ ਜਸਟ ਇੱਕ ਕਸਬਾ ਹੀ ਆਪਾਂ ਕਹਿ ਸਕਦੇ ਹਾਂ, ਪਿੱਖੀ ਪਿੰਡ ਦਾ ਅੱਡਾ ਹੈਗਾ, ਐਂਡ ਉੱਥੇ ਜਿਹੜਾ ਵਾ ਅਸੀਂ ਆਪਣਾ ਆਫਿਸ ਹੈ ਜਿਹੜਾ ਸੈਟਅਪ ਕੀਤਾ, ਔਰ 10 ਤਰੀਕ ਨੂੰ ਆਪਾਂ ਇਨੋਗਰੇਸ਼ਨ ਕਰਨ ਜਾ ਰਹੇ ਹਾਂ। ਜਿੰਨਾ ਵੀ ਸਟੂਡੈਂਟਸ ਨੇ ਐਡਮਿਸ਼ਨ ਲੈਣੀ ਹੋਵੇ IELTS ਦੇ ਵਿੱਚ, ਆਪਣੀ ਫਾਈਲਾਂ ਲਗਾਉਣੀ ਚਾਹੁੰਦੇ ਹੋਣ ਉੱਥੋਂ ਦੇ, ਉਹ ਲੋਕ ਉੱਥੇ ਵੀ ਮਿਲ ਸਕਦੇ ਨੇ, ਜਾਂ ਮੇਰਾ ਜਿਹੜਾ ਹੈੱਡ ਆਫਿਸ ਹੈਗਾ ਵਾ ਰਣਜੀਤ ਐਵੀਨਿਊ ਵਿੱਚ ਹੈਗਾ ਵਾ, ਜਿੱਥੋਂ ਮੈਂ ਗੱਲ ਕਰ ਰਹੀ ਹਾਂ, ਰਣਜੀਤ ਐਵੀਨਿਊ SCO 33 ਦੇ ਵਿੱਚ B ਬਲੋਕ ਵਿੱਚ, ਤੁਸੀਂ ਮੈਨੂੰ ਇੱਥੇ ਵੀ ਮਿਲ ਸਕਦੇ ਹੋ। ਆਲਵੇਜ਼ ਮੇਰੇ ਨੰਬਰ ਜਿਹੜੇ ਮੈਂ ਡਿਸਪਲੇ ਕਰਦੀ ਹਾਂ, ਤੁਸੀਂ ਉਹਨਾਂ ਦੇ ਉੱਤੇ ਕਾਲ ਕਰ ਸਕਦੇ ਹੋ। 2 ਨੰਬਰਸ ਮੇਰੇ ਕੋਲ ਹੁੰਦੇ, 3 ਨੰਬਰਸ ਮੇਰੇ ਜਿਹੜੇ ਸਟਾਫ ਕੋਲ ਹੁੰਦੇ, ਤੁਸੀਂ ਉਹਨਾਂ 'ਤੇ ਕਾਲ ਕਰੋ ਜਾਂ ਲੈਂਡਲਾਈਨ 'ਤੇ ਵੀ ਕਾਲ ਕਰ ਸਕਦੇ ਹੋ। ਵੀ ਆਰ ਦਾ ਜੈਨੂਇਨ ਕੰਸਲਟੈਂਟਸ ਐਂਡ ਆਲਵੇਜ਼ ਗਿਵ ਦਾ ਰਾਈਟ ਇਨਫੋਰਮੇਸ਼ਨ ਜਿਹੜੀ ਵੀ ਹੁੰਦੀ ਹੈ, ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਮੇਰੀ ਬਸ ਇੱਕੋ ਹੀ ਕੋਸ਼ਿਸ਼ ਹੈ ਕਿ ਜਿਹੜੇ ਵੀ ਸਟੂਡੈਂਟਸ ਆਪਣਾ ਟਾਈਮ ਵੇਸਟ ਨਾ ਕਰਨ, ਜਿਨ੍ਹਾਂ ਦੇ ਬੈਂਡਸ ਘੱਟ ਨੇ, ਉਹ ਇਸ ਵੇਲੇ ਮੌਕੇ ਦਾ ਫਾਇਦਾ ਚੁੱਕਣ। ਜਿਵੇਂ ਕਿ ਪਹਿਲਾਂ ਕੈਨੇਡਾ ਦੇ ਵਿੱਚ ਕਾਫੀ ਬੂਮ ਆਇਆ ਸੀਗਾ, ਹੁਣ ਆਸਟ੍ਰੇਲੀਆ ਦੇ ਵਿੱਚ ਆਇਆ ਵਾ, ਅਤੇ ਸਟੂਡੈਂਟਸ ਜਿਨ੍ਹਾਂ ਦੇ 6 ਬੈਂਡ ਨਹੀਂ ਲੈ ਪਾ ਰਹੇ ਨੇ, ਉਹਨਾਂ ਵਾਸਤੇ ਗੋਲਡਨ ਓਪਰਚੁਨਿਟੀ ਆ, ਆਸਟ੍ਰੇਲੀਆ ਵਿੱਚ ਉਹ ਅਪਲਾਈ ਕਰ ਸਕਦੇ ਨੇ, ਆਪਣਾ ਵੀਜ਼ਾ ਵੀ ਉਹ ਲੈ ਸਕਦੇ ਨੇ। ਹੋਪ ਸੋ ਅੱਛੇ ਰਿਜ਼ਲਟਸ ਆਉਣਗੇ ਜੈਨ ਇਨਟੇਕ ਲਈ, ਸਾਡੇ ਸਟੂਡੈਂਟਸ ਨੂੰ ਅੱਛੇ ਉਹਨਾਂ ਦੇ ਵੀਜ਼ਾਸ ਵਗੈਰਾ ਜਿਹੜੇ ਨੇ ਆ ਜਾਣ। ਤਾਂ ਬਹੁਤ ਜਲਦੀ ਜਿਹੜਾ ਵਾ ਪਿੱਖੀ ਵਿੰਡ ਹੈ ਜਿਹੜਾ ਵਾ, ਉੱਥੇ ਮੇਰੀ ਸਿਟਿੰਗ ਹੋਇਆ ਕਰੇਗੀ, 2-3 ਦਿਨ ਉੱਥੇ ਹੀ ਹੋਇਆ ਕਰੂੰਗੀ। ਜਿਹੜੇ ਸਟੂਡੈਂਟਸ ਮੈਨੂੰ ਉੱਥੇ ਮਿਲਣਾ ਚਾਹਣਗੇ ਉੱਥੇ ਮਿਲ ਸਕਦੇ ਨੇ, ਅਦਰਵਾਈਜ਼ ਮੈਂ ਜਿਹੜਾ ਵਾ ਇੱਥੇ ਤੁਹਾਨੂੰ ਮਿਲਾਂਗੀ ਅਪੋਇੰਟਮੈਂਟ ਜੇ ਤੁਸੀਂ ਲੈਂਦੇ ਹੋ ਤੇ। ਸੋ ਹੋਪ ਸੋ, ਥੈਂਕਸ ਅ ਲੋਟ, ਥੈਂਕ ਯੂ ਵੈਰੀ ਮਚ ਆਲ ਆਫ ਯੂ ਫੋਰ ਵਾਚਿੰਗ ਮਾਈ ਵੀਡੀਓ ਐਂਡ ਆਲਵੇਜ਼ ਫੋਰ ਸ਼ੇਅਰਿੰਗ ਮਾਈ ਵੀਡੀਓ ਐਂਡ ਗਿਵਿੰਗ ਮੀ ਗੁੱਡ ਕਮੈਂਟਸ ਐਂਡ ਗੁੱਡ ਵਿਸ਼ਿਜ਼, ਵਾਰਮ ਵਿਸ਼ਿਜ਼। ਮੈਂ ਤੁਹਾਡੀ ਬਹੁਤ ਬਹੁਤ ਧੰਨਵਾਦ ਹਾਂ, ਤੁਹਾਡੀਆਂ ਬਲੈਸਿੰਗਸ ਮੇਰੇ ਨਾਲ ਸੀਗੀਆਂ ਆਲਵੇਜ਼, ਐਂਡ ਤੁਸੀਂ ਬਹੁਤ ਅੱਛੀਆਂ ਬਲੈਸਿੰਗਸ ਦਿੰਦੇ ਹੋ ਮੈਨੂੰ। ਵਾਹਿਗੁਰੂ ਨੇ ਚਾਹਿਆ ਬਹੁਤ ਜਲਦੀ ਅਸੀਂ 10 IELTS ਸੈਂਟਰ ਮੈਂ ਖੋਲ੍ਹਣ ਦਾ ਆਪਣਾ ਮੇਰਾ ਪ੍ਰੋਜੈਕਟ ਹੈਗਾ ਵਾ। ਹੁਣ ਮੇਰੇ 3 ਸੈਂਟਰਸ ਹੋ ਗਏ ਨੇ, ਅਸੀਂ ਵਿਦਇਨ 6 ਮੰਥਸ ਮੈਂ ਇਸ ਤਰ੍ਹਾਂ ਦੇ ਸਿਟੀਜ਼, ਇਸ ਤਰ੍ਹਾਂ ਦੇ ਕਸਬੇ ਜਿਹੜੇ ਨੇ ਮੈਂ ਸੋਚ ਕੇ ਰੱਖੇ ਹੋਏ ਕਿ ਜਿੱਥੇ ਕੋਈ ਵਧੀਆ IELTS ਟ੍ਰੇਨਰ ਨਹੀਂ ਮਿਲ ਪਾ ਰਿਹਾ, ਅੱਛੀ ਕੋਚਿੰਗ ਨਹੀਂ ਮਿਲ ਰਹੀ ਹੈ ਬੱਚਿਆਂ ਨੂੰ, ਉਹਨਾਂ ਦਾ ਟਾਈਮ ਵੇਸਟ ਹੁੰਦਾ, ਉਹਨਾਂ ਦੇ IELTS ਕਲੀਅਰ ਨਹੀਂ ਹੁੰਦੀ, ਉਹਨਾਂ ਦਾ ਗੈਪ ਪੈ ਜਾਂਦਾ 1 ਸਾਲ ਦਾ, 2 ਸਾਲ ਦਾ, ਫਿਰ ਐਟ ਲਾਸਟ ਜਾ ਕੇ ਜਿਹੜਾ ਵਾ ਉਹਨਾਂ ਨੂੰ ਯੂਰਪ ਕੰਟਰੀ ਦੇ ਵਿੱਚ ਅਪਲਾਈ ਕਰਨਾ ਪੈਂਦਾ ਜਾਂ ਸਿੰਗਾਪੁਰ ਸਾਈਪ੍ਰਸ ਵਿੱਚ। ਉਹਨਾਂ ਬੱਚਿਆਂ ਵਾਸਤੇ ਇਹ ਸੋਚ ਕੇ ਜਿਹੜਾ ਵਾ ਮੈਂ ਇੱਕ ਆਪਣਾ ਜਿਹੜਾ ਵਾ ਇਨੀਸ਼ੀਏਟਿਵ ਲਿਆ ਕੇ ਮੈਂ ਉਹਨਾਂ ਦੇ ਸ਼ਹਿਰ ਵਿੱਚ ਜਾ ਕੇ ਉੱਥੇ ਹੀ ਜਿਹੜਾ ਵਾ IELTS ਸੈਂਟਰ ਖੋਲ੍ਹਾਂ ਐਂਡ ਉਹਨਾਂ ਨੂੰ ਜਿਹੜੀ ਸਰਵਿਸ ਉੱਥੇ ਹੀ ਪ੍ਰੋਵਾਈਡ ਕਰਾਂ। ਤੁਹਾਡੀਆਂ ਬਲੈਸਿੰਗਸ ਚਾਹੀਦੀਆਂ।